ਅਸਲਾਮ ਵਾਲੇਕਮ ਦੋਸਤੋ, ਕੀ ਹਾਲ ਚਾਲ ਆ? ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਸ਼ਾਹ। ਉਮੀਦ ਆ ਕਿ ਸਾਰੇ ਭਰਾ ਖੈਰੀਅਤ ਨਾਲ ਹੋਣਗੇ। ਅਤੇ ਅਜ਼ੀਜ਼ ਕੈਟਲ ਫਾਰਮ ਤੋਂ ਜੀ, ਮਾਸ਼ਾਅੱਲਾ, ਸਾਰੇ ਭਰਾਵਾਂ ਨੂੰ ਪਹਿਲੇ ਤਾਂ ਜੁਮਾ ਮੁਬਾਰਕ। ਜਿਹੜੇ ਅਜ਼ੀਜ਼ ਕੈਟਲ ਫਾਰਮ ਦੇ ਮੈਂਬਰ ਨੇ ਜਾਂ ਜਿਹੜੇ ਨਹੀਂ ਮੈਂਬਰ, ਉਹ ਵੀ ਸਾਡੇ ਵੀਰ ਨੇ, ਸਾਡੀ ਸ਼ਾਨ ਆ, ਸਾਡੇ ਸਿਰ ਦਾ ਤਾਜ ਆ। ਮਾਸ਼ਾਅੱਲਾ, ਬੜਾ ਸਪੋਰਟ ਕਰਦੇ ਭਰਾ ਸਾਰੇ, ਮੁਹੱਬਤਾਂ ਨੇ ਸਭ ਦੀਆਂ, ਅਤੇ ਅੱਲਾਹ ਤਾਲਾ ਨੇ ਰੌਣਕਾਂ ਵੀ ਲਾਈਆਂ ਹੋਈਆਂ। ਔਰ ਇਨਸ਼ਾਅੱਲਾ ਇੱਕ ਨਵਾਂ ਪਲਾਨ ਵੀ ਆ ਰਿਹਾ ਅੱਗੇ, ਬਲਕਿ ਮਸ਼ਵਰਾ ਵੀ ਦਿਓ। ਤਾਰਿਕ ਭਾਈ ਨੇ ਵੀ ਗੱਲ ਪੁੱਛਿਆ ਸੀ ਕਿ ਮਸ਼ਵਰਾ ਦਿਓ ਸਾਨੂੰ ਕਿ ਕੀ ਹੋਣਾ ਚਾਹੀਦਾ, ਬ੍ਰਾਹਮਣ ਦੇ ਬੱਚੇ ਪੈਦਾ ਕਰਾਈਏ ਗਾਈਆਂ ਲੈ ਕੇ ਜਾਂ ਮੱਛੀਆਂ ਲੈ ਕੇ ਮੁਸ਼ਤਰਕਾ ਬਣਾ ਰਹੇ, ਮੁਸ਼ਤਰਕਾ ਕਰਨਾ। ਅਗਲਾ ਜਿਹੜਾ ਯੂਨਿਟ ਆਏਗਾ ਇਨਸ਼ਾਅੱਲਾ ਅਜ਼ੀਜ਼ ਮੁਸ਼ਤਰਕਾ ਦੇ ਨਾਮ ਤੋਂ ਆਏਗਾ, ਔਰ ਉਹਦੇ ਉੱਤੇ ਰਿਸਰਚ ਜਾਰੀ ਹੈ ਬਸ ਕਿ ਕਿਸ ਕੈਟਾਗਰੀ ਦਾ ਕੰਮ ਹੋਣਾ ਚਾਹੀਦਾ ਨਾ। ਇੱਕ ਤਾਂ ਹੈ ਪੁਆਇੰਟ ਆਫ ਵਿਊ ਸਾਡਾ ਕਿ ਅਸੀਂ ਜਿਹੜਾ ਸਹੀਵਾਲ ਦੀਆਂ ਮੱਛੀਆਂ ਲੈ ਕੇ ਉਹਨਾਂ ਨੂੰ ਜਦੋਂ ਬੱਚੇ ਡਿਲੀਵਰ ਕਰ ਉਦੋਂ ਸੇਲ ਕਰੀਏ। ਇੱਕ ਪਲਾਨ ਜਿਹੜਾ ਸਾਡਾ ਇਹ ਹੈ ਕਿ ਗਾਈਆਂ ਲੈ ਕੇ ਤੋਕੜਾਂ, ਯਾਨੀ ਕਿ ਜਿਹੜੀਆਂ ਬਸ ਕਿਲੋ ਕਿਲੋ ਬੇਸ਼ੱਕ ਆਪਦੇ ਬੱਚਿਆਂ ਜੋਗਾ ਦੁੱਧ ਦਿੰਦੀਆਂ ਹੁਣ, ਉਹ ਲੈ ਕੇ ਹੁਣ ਉਹਨੂੰ ਫਿਰ ਬ੍ਰਾਹਮਣ ਦੇ ਜਿਹੜੇ ਸੀਮਨ ਉਹ ਰਖਵਾਏ ਜਾਣ, ਬ੍ਰਾਹਮਣ ਦੇ ਸੀਮਨ ਰਖਵਾ ਕੇ ਉਹਨਾਂ ਦੇ ਜਿਹੜੇ ਬੱਚੇ ਪੈਦਾ ਹੋਣਗੇ ਉਹਨਾਂ ਨੂੰ ਫਿਰ ਥੋੜ੍ਹਾ ਜਿਹਾ ਗਰੋਥ ਵਿੱਚ ਲਿਆ ਕੇ ਅਤੇ ਫਿਰ ਉਹਨਾਂ ਨੂੰ ਸੇਲ ਕਰੀਏ। ਕੋਈ ਇਸ ਤਰ੍ਹਾਂ ਦਾ ਬਿਜ਼ਨਸ ਦੇਖ ਰਹੇ ਹਾਂ ਅਸਲ ਦੇ ਵਿੱਚ। ਕੋਸ਼ਿਸ਼ ਇਹ ਆ ਕਮ ਟਾਈਮ ਦੇ ਵਿੱਚ ਜ਼ਿਆਦਾ ਅਤੇ ਬਿਹਤਰ ਪ੍ਰੋਫਿਟ ਜਿਹੜਾ ਉਹ ਸਾਰੇ ਬੰਦਿਆਂ ਨੂੰ ਮਿਲੇ। ਬਾਕੀ ਰਿਜ਼ਕ ਇਸ ਕੰਮ ਦੇ ਵਿੱਚ ਜਿਹੜਾ ਫਾਰਮਿੰਗ ਦਾ ਕੰਮ ਹੈ, ਇਹਦੇ 'ਚ ਸਾਰੇ ਫੀਲਡ ਵਿੱਚ ਰਿਜ਼ਕ ਹੈਗਾ। ਤੁਸੀਂ ਬੇਸ਼ੱਕ ਛੋਟੇ ਛੋਟੇ ਬੱਚੇ ਲੈ ਕੇ ਪਾਲ ਲਓ, ਬੇਸ਼ੱਕ ਜਿਹੜੀ ਮਰਜ਼ੀ ਰੇਂਜ, ਕਿਉਂਕਿ ਮੀਟ ਪੈਦਾ ਹੁੰਦਾ, ਮਿਲਕ ਪੈਦਾ ਹੁੰਦਾ, ਹਰ ਲਿਹਾਜ਼ ਨਾਲ ਹੀ ਬੜਾ ਫਾਇਦਾ ਰਹੇਗਾ। ਅਤੇ ਇਹ ਜੀ ਮਾਸ਼ਾਅੱਲਾ ਅਜ਼ੀਜ਼ ਕੈਟਲ ਫਾਰਮ, ਤੁਹਾਨੂੰ ਮੈਂ ਮਨਾਜ਼ਰ ਚੈੱਕ ਕਰਾਉਂਦਾ। ਜੁਮਾ ਮੁਬਾਰਕ, ਜੁਮਾ ਵਾਲਾ ਦਿਨ ਸੁਬਹਾ ਸੁਬਹਾ ਦੇ ਮਨਾਜ਼ਰ ਨੇ, ਅਤੇ ਨਾਲੇ ਆਪਣੇ ਜਿਹੜੇ ਰਾਏ ਆ ਲਾਜ਼ਮੀ ਦਿਓ ਕਿ ਕਿਸ ਫੀਲਡ ਵਿੱਚ ਆਪਾਂ ਨੂੰ, ਯਾਨੀ ਕਿ ਜਿਹੜਾ ਅੱਗੇ ਚੱਲੀਏ ਫਾਇਦਾ ਰਹੇ, ਸਾਡੇ ਮੈਂਬਰਾਂ ਨੂੰ ਵੀ ਜ਼ਿਆਦਾ ਬੈਨੀਫਿਟ ਮਿਲੇ ਅਤੇ ਸਾਡਾ ਵੀ ਸਹੀ ਸਿਲਸਿਲਾ ਚੱਲੇ, ਅਤੇ ਆਪਣਾ ਅੱਲਾਹ ਦੇ ਹੁਕਮ ਨਾਲ ਜਿਹੜਾ ਪ੍ਰੋਗਰਾਮ ਆ ਜਾਂ ਜਿਹੜਾ ਆਪਣਾ ਅੱਲਾਹ ਤਾਲਾ ਨੇ ਰੌਣਕ ਲਾਈ, ਅੱਲਾਹ ਪਾਕ ਇਹਦੇ ਵਿੱਚ ਵੀ ਬਰਕਤ ਪਾਵੇ। ਅਤੇ ਅਜ਼ੀਜ਼ ਕੈਟਲ ਫਾਰਮ ਦੇ ਤੁਹਾਨੂੰ ਵਿਊ ਚੈੱਕ ਕਰਾਉਣਾ, ਅਤੇ ਬਾਕੀ ਤੁਹਾਡੇ ਕਮੈਂਟ ਦਾ ਇੰਤਜ਼ਾਰ ਵੀ ਰਹੇਗਾ। ਵੀਡੀਓ ਪੂਰੀ ਵਾਚ ਵੀ ਕਰਨੀ ਆ, ਲਾਈਕ ਵੀ ਕਰਨੀ ਆ, ਅਤੇ ਚੰਗੀ ਲੱਗੇ ਤਾਂ ਯਾਰਾਂ ਸੱਜਣਾਂ ਨਾਲ ਅੱਗੇ ਸ਼ੇਅਰ ਵੀ ਕਰਨੀ। ਇਹ ਜੀ ਮਾਸ਼ਾਅੱਲਾ ਦੇਖੇ, ਬੱਚਿਆਂ ਦੀ ਸਿਹਤ ਚੈੱਕ ਕਰ ਲਓ, ਸਬਜ਼ ਚਾਰਾ ਸੁਬਹਾ ਸੁਬਹਾ, ਹਵਾ ਬੜੀ ਪਿਆਰੀ ਆ, ਫਰੈਸ਼ ਏਅਰ ਆ। ਆਹ ਦਰਖਤ ਦੇਖ ਸਕਦੇ ਹੋ ਮਾਸ਼ਾਅੱਲਾ, ਦੀਵਾਰਾਂ ਜਿਹੜੀਆਂ ਇਹ ਵੀ ਖੁੱਲੀਆਂ ਕਰਾਈਆਂ ਪਿਛਾਂ ਹਟਾ ਕੇ, ਤਾਂ ਕਿ ਜਿਹੜੀ ਕੋਈ ਟੈਨਸ਼ਨ ਨਾ ਬਣੇ। ਬਾਬਾ ਵਲੀਦਾਦ, ਕੀ ਹਾਲ ਚਾਲ ਨੇ? ਠੀਕ ਠਾਕ, ਕਾਹਦੇ ਹਾਲ ਸੁਣਾ? ਅਲਹਮਦੁਲਿਲਾ, ਸੇਵਾ ਜਾਰੀ ਆ ਮਾਸ਼ਾਅੱਲਾ। ਇਹ ਜੀ ਮਾਸ਼ਾਅੱਲਾ, ਡਾਕਟਰ ਸਾਹਿਬ ਆਏ ਸੀ, ਉਹਨਾਂ ਨੇ ਕਿਹਾ ਜੀ ਚਾਲਾ ਚਾਲ ਜਿਹੜੀ ਟੋਕੇ ਦੀ ਹੈਗੀ ਆ ਇਹ ਬਰੀਕ ਆ, ਇਹਨੂੰ ਮੋਟੀ ਕਰੋ ਤਾਂ ਕਿ ਜਾਨਵਰ ਜਿਹੜਾ ਉਹ ਜੁਗਾਲੀ ਕਰੇਗਾ, ਥੋੜ੍ਹਾ ਉਹਨੂੰ ਵਰਕ ਕਰਨਾ ਪਏਗਾ। ਜਿੰਨਾ ਜ਼ਿਆਦਾ ਤੁਸੀਂ ਕ੍ਰੈਸ਼ ਕਰੋਗੇ, ਉਹਨੂੰ ਬਰੀਕ ਕਰੋਗੇ, ਉਹਦੇ 'ਤੇ ਫਿਰ ਜਾਨਵਰ ਦੀ ਬਾਅਦ 'ਚ ਮਿਹਨਤ ਥੋੜ੍ਹੀ ਹੁੰਦੀ ਹੈ, ਅਤੇ ਇਸ ਕਰਕੇ ਫਿਰ ਇਹਦਾ ਸਾਈਜ਼ ਜਿਹੜਾ ਅਸੀਂ ਮੋਟਾ ਕਰਤਾ। ਇਹ ਦੇਖ ਸਕਦੇ ਹੋ ਮਾਸ਼ਾਅੱਲਾ, ਖੁਰਲੀਆਂ ਪਹਿਲੇ ਸਾਫ਼ ਕੀਤੀਆਂ, ਪਹਿਲੇ ਇਹਨਾਂ ਨੂੰ ਤੂੜੀ ਪਾਈ ਸੀ ਸੁਬਹਾ, ਉੱਥੇ ਚੌਕਰ ਚੌਕਰ ਇੱਕ ਟਾਈਮ ਸੁਬਹਾ ਪਾਇਆ, ਪਹਿਲੇ ਪਹਿਲੇ ਨਾਲ ਹੀ ਤਾਜ਼ਾ ਵੰਡਾ ਆ ਗਿਆ, ਸੋਰੀ ਤਾਜ਼ਾ ਚਾਰਾ ਆ ਗਿਆ, ਅਤੇ ਉਹ ਤਾਜ਼ਾ ਚਾਰਾ ਜਿਹੜਾ ਉਹ ਸ਼ੁਰੂ ਕਰਤਾ। 74 ਨੰਬਰ, 55 ਨੰਬਰ ਮੁਨੀਰ ਬਾਈ ਤੁਰਕੀ ਸੇ, 85 ਨੰਬਰ ਉਹ ਅੱਗੇ ਆ ਗਿਆ ਜੀ, 65 ਨੰਬਰ ਇਹ ਆ ਗਿਆ ਜੀ, 114 ਨੰਬਰ, 114 ਨੰਬਰ ਇਹ ਹੈ ਆਸਿਮ ਸਮਦਾਨੀ ਗਾਲਬਨ, ਜਾਂ ਸੋਰੀ ਮਿਸਟੇਕ, ਮਾਜ਼ਰਤ,
ਰੀਸੈਂਟਲੀ ਹੱਲੇ ਹੋਣੀ ਹੈ, ਲਾਸਟ ਵਾਲੇ ਦਿਨਾਂ 'ਚ ਅਸੀਂ ਇਹ ਯਾਨੀ ਕਿ ਲੈ ਕੇ ਆਏ ਸੀ। ਹਾਲੇ ਯਾਦ ਨਹੀਂ ਆ ਰਿਹਾ, ਆ ਜਾਏਗਾ ਇਨਸ਼ਾਅੱਲਾ, ਹੋ ਜਾਏਗਾ, ਆਸਤਾ ਆਸਤਾ ਸਾਰੀ ਸੈਟਿੰਗ ਹੋ ਜਾਏਗੀ। ਅਤੇ ਇਹ ਮਾਸ਼ਾਅੱਲਾ 87 ਨੰਬਰ, 88 ਨੰਬਰ ਇਹ ਕਹਿੰਦੀ ਸਲਾਹ ਕਰਕੇ ਖੜ੍ਹੇ ਹੋਏ ਲਾਈਨ 'ਚ ਲੱਗੇ ਆ। 87, 88 ਉਹ ਅੱਗੇ 86 ਖੜ੍ਹਾ ਚੀਤਲ, ਚੱਲ ਬਿਸ਼ੇਰਾ, ਇੱਕ ਰੱਸੀ ਅੱਗੇ ਆ ਰਹੀ ਟੈਗ ਦੇ। 86 ਨੰਬਰ, 86 ਨੰਬਰ ਗਾਲਬਨ ਇਹ ਹੈ ਅਜ਼ਰ ਬਾਈ ਦਾ, ਅਜ਼ਰ ਬਾਈ ਹੈ ਕਰਾਚੀ ਤੋਂ। ਅਜ਼ਰ ਬਾਈ ਤੁਸੀਂ ਕਹਿ ਰਹੇ ਸੀਗੇ ਕਿ ਬੱਚਾ ਨਹੀਂ ਨਜ਼ਰ ਆ ਰਿਹਾ, ਇਹ ਮਾਸ਼ਾਅੱਲਾ ਖੜ੍ਹਾ, ਇਹ ਚੈੱਕ ਕਰ ਸਕਦੇ ਹੋ। ਔਰ ਅਲਹਮਦੁਲਿਲਾ ਅੱਛੀ ਗਰੋਥ ਹੈ ਇਹਦੀ ਮਾਸ਼ਾਅੱਲਾ। ਔਰ ਨਾਲ 50 ਨੰਬਰ ਖੜ੍ਹਾ ਇਹ ਗਾਲਬਨ ਨੁਮਾਨ ਬਾਈ ਦਾ। ਔਰ ਆਹ ਜਿਹੜਾ ਹੈ ਇਹਦਾ ਅੱਗੇ ਰੱਸੀ ਆਈ ਹੋਈ ਹੈ, ਸਮਝ ਨਹੀਂ ਆ ਰਹੀ। ਮੇਰਾ ਖਿਆਲ ਹੈ ਕਿ ਇਹ ਜਿਹੜਾ ਨਾ ਸ਼ਹਿਜ਼ਾਦ ਬਾਈ ਨੇ ਕਰਾਚੀ ਤੋਂ ਉਹਨਾਂ ਦਾ, ਉਹ ਅੱਗੇ 60 ਨੰਬਰ ਖੜ੍ਹਾ ਮਾਸ਼ਾਅੱਲਾ। ਇਹ ਨੰਬਰ ਆ ਗਿਆ ਜੀ ਅੱਗੋਂ 13470। ਇਹ ਜੀ ਫਾਰਮ ਦੀ ਅੰਦਰਲੀ ਸਾਈਡ 'ਤੇ ਆ ਗਿਆ, ਇੱਕ ਅੱਗੋਂ ਸੂਰਜ ਪੈਂਦਾ ਨਾ ਜ਼ਿਆਦਾ, ਲਾਈਟ ਤੇਜ਼ ਆ, ਫਿਰ ਕੈਮਰਾ ਸਹੀ ਜਿਹੜਾ ਕੰਮ ਨਹੀਂ ਕਰਦਾ, ਵਰਕ ਨਹੀਂ ਕਰਦਾ। ਇਹ ਜੀ ਮਾਸ਼ਾਅੱਲਾ 50 ਨੰਬਰ। ਇਹ ਚੀਜ਼ ਇਹ ਹੈਗਾ ਜੀ ਸੁਲਤਾਨ, ਮੇਰਾ ਖਿਆਲ ਆ ਜਿਹੜਾ ਫਰਖ ਬਾਈ ਦਾ, ਮਾਸ਼ਾਅੱਲਾ ਫਰਖ ਬਾਈ ਦਾ ਬੱਚਾ। ਅਤੇ ਇਹ ਅੱਗੇ ਆ ਗਿਆ ਅਜ਼ਰ ਬਾਈ ਦਾ ਮੀਜ਼ਾਨ, ਇਹ ਜਿਹੜਾ 86 ਨੰਬਰ ਹੈ ਇਹ ਮੀਜ਼ਾਨ ਆ ਇਹਦਾ ਨਾਮ। ਇਹ ਮੁਲਤਾਨ ਤੋਂ ਰਿਜ਼ਵਾਨ ਬਾਈ ਨੇ ਉਹਨਾਂ ਦਾ ਮਾਸ਼ਾਅੱਲਾ। ਇਹ ਅੱਗੇ ਫਿਰ ਮਨੀਰ ਬਾਈ ਦਾ ਆ ਗਿਆ। ਇਹ ਤੁਸੀਂ ਹੁਣ ਚੈੱਕ ਕਰ ਲਓ ਕਿ ਕਈ ਸ਼ਿਕਰੇ ਬੈਠੇ ਆ, ਬਲਕਿ ਮਾਸ਼ਾਅੱਲਾ ਉਹ ਦੇਖੋ ਸ਼ੈਡ ਦੇ ਥੱਲੇ ਬਹੁਤ ਸਾਰੇ ਜਾਨਵਰ ਬੈਠੇ ਆ। ਔਰ ਸਬਜ਼ ਚਾਰਾ ਇਹਨਾਂ ਨੂੰ ਹੁਣੇ ਹੀ ਪਾਇਆ, ਲੇਕਿਨ ਇਹ ਆ ਕਿ ਇਹਨਾਂ ਦੇ ਮਾਸ਼ਾਅੱਲਾ ਗੁਜ਼ਾਰੇ ਜਿਹੜੇ ਬੜੇ ਬਿਹਤਰੀਨ ਹੋਏ ਹੋਏ ਆ, ਇਹਨਾਂ ਨੂੰ ਭੁੱਖ ਤਾਂ ਆ ਨਹੀਂ ਹੈ, ਪੱਠੇ ਹੁਣ ਵੀ ਆ ਰਿਹਾ, ਸੁਬਹਾ ਇਹਨਾਂ ਨੂੰ ਵੰਡਾ ਛੰਡਾ ਵੀ ਖਵਾਇਆ ਇੱਕ ਟਾਈਮ। ਡਾਕਟਰ ਸਾਹਿਬ ਕਹਿੰਦੇ ਹੁੰਦੇ ਕਿ ਤੂੜੀ ਯਾਨੀ ਕਿ ਜਾਨਵਰ ਨੂੰ ਜਿਹੜੀ ਨਾ ਜ਼ਿਆਦਾ ਖਾਣੀ ਖਵਾਉਣੀ ਚਾਹੀਦੀ ਹੈ, ਤੂੜੀ ਅਤੇ ਪਾਣੀ, ਤੂੜੀ ਜਿੱਦਾਂ ਵੀ ਜਾਨਵਰ ਨੂੰ ਖਵਾ ਹੁੰਦੀ ਹੈ। 76 ਨੰਬਰ ਆ ਗਿਆ ਮਾਸ਼ਾਅੱਲਾ, ਬੜਾ ਪਿਆਰਾ। ਇਹ ਆਸਮ ਸਮਦਾਨੀ ਬਾਈ ਕਰਾਚੀ ਤੋਂ, ਸ਼ਾਹਦ ਬਾਈ ਕਰਾਚੀ ਤੋਂ, ਮਾਸ਼ਾਅੱਲਾ ਬੜੇ ਹਰਦਿਲ ਅਜ਼ੀਜ਼, ਬੜੇ ਪਿਆਰੇ ਬਾਈ, ਅਤੇ ਸਭ ਤੋਂ ਪਹਿਲਿਆਂ ਮੈਂਬਰਾਂ 'ਚ ਸ਼ਾਮਿਲ ਨੇ, ਸਭ ਤੋਂ ਪਹਿਲਿਆਂ 'ਚ ਜਿਹੜੇ ਅਰਲੀ ਸਟਾਰਟਿੰਗ 'ਚ ਆਏ ਸੀ ਉਹਨਾਂ ਦੇ ਵਿੱਚ ਮਾਸ਼ਾਅੱਲਾ ਸ਼ਾਹਦ ਬਾਈ ਦਾ ਸ਼ੁਮਾਰ ਹੁੰਦਾ। ਇਹ 112 ਨੰਬਰ, ਇਹਨਾਂ ਦੀਆਂ ਮਾਸ਼ਾਅੱਲਾ ਤੁਸੀਂ ਹੈਲਥਾਂ ਵੀ ਚੈੱਕ ਕਰੋ, ਮਾਸ਼ਾਅੱਲਾ ਵੇਲਾਂ ਸ਼ੇਲਾਂ ਇਹਨਾਂ ਦੀ ਗਰੋਥ, ਮਾਸ਼ਾਅੱਲਾ ਮਾਸ਼ਾਅੱਲਾ, ਇੱਕ ਤੋਂ ਇੱਕ ਵੱਧ ਕੇ ਮਾਸ਼ਾਅੱਲਾ ਬੱਚਾ ਹੈਗਾ। ਆ ਇਧਰਲੀ ਸਾਈਡ 'ਤੇ ਇਹ ਚੈੱਕ ਕਰੋ, ਆ ਪਹਿਲੇ ਤੂੜੀ, ਚਿੱਟੀ ਤੂੜੀ ਬਿਲਕੁਲ ਫਰੈਸ਼, ਪੁਰਾਣੀ ਨਹੀਂ, ਫਿਰ ਬਰੀਕ ਨਹੀਂ, ਕਚਰਾ ਨਹੀਂ, ਮਿੱਟੀ ਵਾਲੀ ਨਹੀਂ, ਮੋਟੀ ਤੂੜੀ ਮਾਸ਼ਾਅੱਲਾ। ਇਹ ਚੈੱਕ ਕਰ ਸਕਦੇ ਹੋ, ਹੁਣ ਸਭ ਚਾਰਾ ਆ ਰਿਹਾ ਇਹਨਾਂ ਨੂੰ। ਜ਼ੋਰ ਬਾਈ ਕੀ ਹਾਲ ਚਾਲ? ਅੱਛਾ ਤਾਰਿਕ ਬਾਈ ਤੁਸੀਂ ਕਹਿ ਰਹੇ ਸੀ ਕਿ ਵੱਛੀਆਂ ਦੀ ਵੀਡੀਓ ਦੇਖਣੀ ਹੈ, ਮਾਸ਼ਾਅੱਲਾ ਹੁਣ ਚੈੱਕ ਕਰੋ ਗਾਂ ਪੂਰੀ ਬਣੀ ਖੜੀ ਹੈ।
ਇਹ ਹੁਣ ਇਨਸ਼ਾਅੱਲਾ ਜਦੋਂ ਆਏਗੇ ਨਾ ਇਹਦੇ ਵਿੱਚ ਹੀਟ ਚ ਆਏਗੀ ਅਤੇ ਫਿਰ ਇਨਸ਼ਾਅੱਲਾ ਇਹਨਾਂ ਨੂੰ ਜਿਹੜਾ ਨਾ ਸਿਮਰ ਰਖਵਾਵਾਂਗੇ। ਇੱਕ ਤਾਰਿਕ ਬਾਈ ਆਇਆ ਵੱਛੀ ਮਾਸ਼ਾਅੱਲਾ 82 ਨੰਬਰ ਤਾਰਿਕ ਬਾਈ ਗੁਜਰਾਤ ਤੋਂ ਨੇ ਅਤੇ ਇਹ ਵੱਛੀ ਹੈਗੀ ਆ 72 ਨੰਬਰ। ਇੱਕ ਵੱਛੀ ਜਿਹੜੀ ਆ ਤਾਰਿਕ ਬਾਈ ਦੀ ਹੋਰ ਉਹ ਬੈਠੀ ਹੈਗੀ ਸਾਹਮਣੇ। 58 ਨੂੰ ਰਹਿਣ ਦਿੰਦੇ ਹਾਂ, ਉਹ ਬੈਠੀ ਮਾਸ਼ਾਅੱਲਾ। ਇਹ ਤੁਹਾਨੂੰ ਮੈਂ ਗੇਲਾਂ ਸ਼ੇਲਾਂ ਚੈੱਕ ਕਰਾਉਂਦੇ ਹਾਂ। 78 ਨੰਬਰ ਗਾਂ ਆ ਗਈ, ਉਹ ਸਾਹਮਣੇ ਬੈਠੀ 89 ਨੰਬਰ ਅੱਗੇ ਗਾਂ ਆ ਗਈ ਹੈ, ਲੇਕਿਨ ਇੱਕ ਬੈਠੀ, ਚਲੋ ਉਹਨੇ ਬੈਠੀ ਰਹਿਣ ਦਿਓ, ਫਿਰ ਅਸੀਂ ਇਨਸ਼ਾਅੱਲਾ ਤੁਹਾਨੂੰ ਚੈੱਕ ਕਰਾਵਾਂਗੇ। ਇਹਨਾਂ ਨੂੰ ਉਠਾਓ, ਅਬਜ਼ੋਰ ਭਾਈ ਜਿਹੜੇ ਬੈਠੇ ਆ ਉਹ ਟਾਰਜ਼ਨ ਬੈਠੇ ਨੇ, ਹਿਲਾਓ ਜਲਾਓ ਇਹਨਾਂ ਨੂੰ ਖਾਣ ਪੀਣ ਆ ਕੇ। ਇਹਨਾਂ ਦਾ ਦਿਲ ਹੀ ਨਹੀਂ ਕਰਦਾ ਇਹਨਾਂ ਦਾ। ਮਾਸ਼ਾਅੱਲਾ ਜੀ, ਔਰ ਥੱਲੇ ਜਗ੍ਹਾ ਚੈੱਕ ਕਰੋ, ਸੋਫਟ ਜਗ੍ਹਾ, ਸੋਫਟ, ਬੰਦਾ ਖੁੱਭਦਾ ਵਿੱਚ ਜਦੋਂ ਜਾਂਦਾ, ਨਰਮ। ਇਹਨਾਂ ਦੇ ਵਿੱਚ ਥੱਲੇ ਯਾਨੀ ਕਿ ਰੇਤ ਪੁਆਈ, ਸੋਫਟ ਰੇਤ, ਨਰਮ, ਤਾਂ ਕਿ ਜਿਹੜਾ ਨਾ ਉਹ ਹਾਰਡ ਨਹੀਂ ਹੁੰਦਾ। 16056 ਗਲਬਨ ਨਹੀਂ ਆਈਡੀਆ ਕਿਹਦਾ, ਇਹ ਆ ਗਿਆ 111 ਨੰਬਰ ਗਲਬਨ, ਇਹਦਾ ਵੀ ਨਹੀਂ ਪਤਾ ਕਿਹਦਾ। ਇਹ ਅੱਗੇ ਆ ਗਿਆ ਆਸਮ ਬਾਈ, ਆਸਮ ਸਮਦਾਨੀ ਬਾਈ, ਇਹ ਵੀ ਕਰਾਚੀ ਤੋਂ ਨੇ ਔਰ ਇਹ ਵੀ ਇਹਨਾਂ ਨੇ ਲਾਸਟ ਜਾ ਤੇ ਲਿਆ। ਇਹਨੂੰ ਟੈਗ ਲੱਗਾ, ਲੇਕਿਨ ਇਹਨਾਂ ਦੀ ਕੋਈ 4-5 ਜਾਨਵਰ, ਬਲਕਿ 8-10 ਦੇ ਕਰੀਬ ਸਾਡੇ ਜਾਨਵਰ ਹੈ, ਯਾਨੀ ਕਿ ਜਿਨ੍ਹਾਂ ਦੀ ਵੈਕਸੀਨ ਰਹਿੰਦੀ ਹੈ, ਚੌੜੇ ਮਾਰ ਦਿਓ, ਮਿਲ ਨਹੀਂ ਰਹੀ ਕੁਆਇਲ ਅੱਜ ਕੱਲ੍ਹ ਦੇਖਦੇ ਹਾਂ। ਡਾਕਟਰ ਸਾਹਿਬ ਨੂੰ ਕਿਹਾ ਭਾਈ ਅਰਸ਼ਦ ਇੱਧਰ ਪਾਣੀ ਵੀ ਪਾਓ, ਆ ਥੋੜ੍ਹਾ ਨੀਵਾਂ ਹੋਇਆ ਖੜਾ, ਪੈਪ ਲੱਗੇ ਭਰਨ। ਹਾਂਜੀ ਹਾਂਜੀ, ਪਾਣੀ ਪੂਰਾ ਰੱਖੋ, ਉੱਧਰਲੀ ਤਾਂ ਟੈਂਕੀ ਫੁੱਲ ਆ ਮਾਸ਼ਾਅੱਲਾ। ਅਤੇ ਅੱਗੇ ਚੱਲਦੇ ਹਾਂ ਜੀ, ਮਾਸ਼ਾਅੱਲਾ, ਫੁੱਲ ਕੇਅਰ, ਫੁੱਲ ਆਪਣੇ ਵੱਲੋਂ ਗੱਲਾਂ ਦੇ ਹੁਕਮ ਨਾਲ ਕੋਈ ਕਮੀ ਨਹੀਂ, ਬਾਕੀ ਸੋਹਣੇ ਰੱਬ ਦੇ ਕੰਮ ਆ, ਜੋ ਉਹਦੀ ਰਜ਼ਾ ਉਹਦੇ 'ਚ ਹੀ ਰਾਜ਼ੀ। ਮਾਸ਼ਾਅੱਲਾ, ਇਹ ਜਾਨਵਰ ਚੈੱਕ ਕਰ ਲਿਓ ਜੀ, 113 ਨੰਬਰ। ਇਹ ਅਸੀਂ ਨਵੇਂ ਟੈਗ ਬਣਵਾਏ ਹੁਣ, ਇਹ ਮੈਟਲ ਦੇ ਵਿੱਚ, ਸਟੀਲ 'ਚ, ਲੇਕਿਨ ਇਹਨਾਂ ਦੀ ਕਟਿੰਗ ਅੱਛੀ ਕਰਾਈ ਤਾਂ ਕਿ ਬਾਈ ਦੇ ਨਹੀਂ। ਇਹ ਸਾਰੇ ਜਾਨਵਰਾਂ ਨੂੰ ਜਿਹੜੇ ਸਟੀਲ ਦੇ ਕਰ ਦੇਣੇ, ਜਿੱਦਣ ਹੁਣ ਪਕੜੇ ਅਤੇ ਫਿਰ ਇਨਸ਼ਾਅੱਲਾ ਇਹਨਾਂ ਨੂੰ ਸਾਰਿਆਂ ਨੂੰ ਜਿਹੜੇ ਸਟੀਲ ਦੇ ਪਾ ਦੇਣੇ ਆ, ਪੇਟੀ ਵਾਲੀ ਚਾਦਰ ਆ ਉਹਦੇ ਵਿੱਚ ਨਾ ਹਲਕੇ ਹਲਕੇ ਟੁੱਕ ਲਵਾ ਕੇ ਜਿਹੜਾ ਉਹ ਕਰਾਇਆ। ਇਹ ਮਾਸ਼ਾਅੱਲਾ, ਇਹ ਜਿਹੜਾ ਬੈਠਾ ਇਹ ਹੈ ਆਸਿਫ ਬਾਈ ਦਾ, ਆਸਿਫ ਬਾਈ ਨੇ ਇਸਲਾਮਾਬਾਦ ਤੋਂ, ਬੜਾ ਪਿਆਰਾ ਬੱਚਾ, ਅਤੇ ਮੇਰਾ ਉਠਾਉਣ ਨੂੰ ਇਹਨੂੰ ਦਿਲ ਨਹੀਂ ਕਰ ਰਿਹਾ, ਜਦੋਂ ਤੁਰਦਾ ਇੰਨਾ ਕੁ ਸੋਹਣਾ ਲੱਗਦਾ ਔਰ ਇੰਨੀ ਕੁ ਚਾਲ ਆ ਰਹਾ ਮਾਸ਼ਾਅੱਲਾ ਇਸ ਬੱਚੇ ਦੀ, ਜਿਹਦੇ ਕੋਈ ਹਿਸਾਬ ਨਹੀਂ ਯਾਰੀ। ਔਰ ਆ ਮਾਸ਼ਾਅੱਲਾ 119 ਨੰਬਰ ਆਸਿਫ ਬਾਈ ਲੱਗਾ ਹੋਇਆ ਤੁਹਾਡੇ ਟੈਗ ਜਾਨਵਰ ਨੂੰ। ਇੱਕ ਹੋਰ ਲੈਣਾ, ਬੜਾ ਪਿਆਰਾ ਬੈੜਾ ਮਾਸ਼ਾਅੱਲਾ। ਲਓ ਜੀ, ਆ ਮਾਸ਼ਾਅੱਲਾ ਅਜ਼ੀਜ਼ ਕੈਟਲ ਫਾਰਮ ਆ ਜੀ, ਸਾਰਾ ਸਾਰੇ ਵੀਰਾਂ ਦਾ, ਇਹ ਰੌਣਕ ਲਾਈ ਅੱਲਾ ਪਾਕ ਨੇ ਸਾਡੇ ਕੋਲ। ਕੋਈ ਵੀ ਵੀਰ ਅਗਰ ਸਾਡਾ ਫਾਰਮ ਵਿਜ਼ਿਟ ਕਰਨਾ ਚਾਹੇ ਆਓ, ਇਹ ਸਾਡਾ ਨਹੀਂ, ਇਹ ਤੁਹਾਡਾ ਜੀ ਪਹਿਲੇ। ਇਹ ਮਾਸ਼ਾਅੱਲਾ, ਆਓ ਮਹਿਮਾਨ ਬਣੋ। ਹੁਣ ਇਹ ਜਿਹੜੀ ਆ ਦੀਵਾਰ ਹੋਈ ਹੈ ਸਾਈਡਾਂ 'ਤੇ, ਸੇਫਟੀ ਮਾਸ਼ਾਅੱਲਾ ਕਾਫੀ ਹੋ ਗਈ, ਅਤੇ ਕੋਈ ਕੁੱਤਾ ਵਗੈਰਾ ਵੀ ਨਹੀਂ ਅੰਦਰ ਵੜ ਸਕਦਾ। ਹੁਣ ਇੱਕ ਸਾਈਡ ਸਿਰਫ ਇਹਦੀ ਨੰਗੀ ਔਰ ਰੱਖੀ ਓਪਨ, ਅਸੀਂ ਜਿਹੜੀ ਖੁਰਲੀ ਵਾਲੀ ਸਾਈਡ ਆ ਸਾਡੀ,
ਇਹ ਜਿਹੜੀ ਖੁਰਲੀ ਵਾਲੀ ਸਾਈਡ ਆ ਇਹਨੂੰ ਅਸੀਂ ਅੱਗੇ ਅਸਲ 'ਚ ਵਧਾਉਣਾ, ਅੱਗੇ ਜਿਹੜਾ ਨਵਾਂ ਯੂਨਿਟ ਲਾਵਾਂਗੇ ਇਨਸ਼ਾਅੱਲਾ ਉਹਦੇ ਵਿੱਚ ਫਿਰ ਐਡ ਕਰਾਂਗੇ। ਵੀਡੀਓ ਨੂੰ ਲਾਈਕ ਲਾਜ਼ਮੀ ਕਰੋ ਦੋਸਤੋ, ਕਮੈਂਟ ਵੀ ਕਰੋ, ਅੱਛੀ ਲੱਗੇ ਦੋਸਤਾਂ ਨਾਲ ਸ਼ੇਅਰ ਲਾਜ਼ਮੀ ਕਰੋ। ਭਰ ਦਿਓ ਬਾਬਾ ਜੀ ਪਾਣੀ, ਭਰ ਦਿਓ ਪਾਣੀ, ਘੱਟ ਹੋਇਆ ਪਿਆ।